ਪੰਥ ਜਥੇਦਾਰ ਗੁਰਚਰਨ ਸਿੰਘ ਟੋੜਾ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਨਿੱਘੀ ਯਾਦ ਵਿੱਚ 9ਵਾਂ 3 ਰੋਜ਼ਾ ਖੇਡ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕੀਤਾ। ਵਿਕਰਮ ਮਜੀਠੀਆ ਨੂੰ ਮਿਲਣ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਮਜੀਠੀਆ ਵੱਲੋਂ ਸਟੇਜ ਤੇ ਕਾਂਗਰਸ ਪਾਰਟੀ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ ਗਏ। ਉਹਨਾਂ ਨੇ ਕਾਂਗਰਸ ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਦੇ ਭਰਾ ਗੁਰਇਕਬਾਲ ਸਿੰਘ ਕੋਟਲੀ ਨੂੰ ਪੰਜਾਬ ਸਰਕਾਰ ਵੱਲੋਂ ਨਿਯਮਾਂ ਵਿੱਚ ਬਦਲਾਅ ਕਰਕੇ ਨੌਕਰੀ ਦੇਣਾ ਨੌਜਵਾਨਾਂ ਨਾਲ ਧੋਖਾ ਹੈ। ਉਹਨਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀ ਪੁਲਿਸ ਵਿਭਾਗ ਆਪਣੇ ਹੱਥ ਵਿੱਚ ਦੇਣ ਸੰਬੰਧੀ ਦਿੱਤੇ ਬਿਆਨ ਤੇ ਚੁਟਕੀ ਲੈਂਦਿਆਂ ਕਿਹਾ ਕਿ ਲੱਗਦਾ ਨਵਜੋਤ ਸਿੱਧੂ ਹੌਲੀ ਹੌਲੀ ਮੁੱਖ ਮੰਤਰੀ ਦੀ ਕੁਰਸੀ ਲੈਣਾ ਚਾਹੁੰਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਪਹਿਲੀ ਵਾਰ ਵੇਖਿਆ ਕਿ ਕੋਈ ਮੰਤਰੀ ਆਪਣੇ ਮੁੱਖ ਮੰਤਰੀ ਦੇ ਵਿਭਾਗਾਂ ਵਿੱਚ ਨੁਕਸ ਕੱਢੇ। ਵੱਲੋਂ ਹਰ ਸਾਲ ਜਿਹੜਾ ਹੈਗਾ ਖੇਡਾਂ ਦਾ ਆਯੋਜਨ ਕਰਵਾਇਆ ਜਾਂਦਾ ਹੁੰਦਾ ਅਤੇ ਬਹੁਤ ਦੂਰ ਦੁਰਾਡੇ ਤੋਂ ਪੰਜਾਬ ਭਰ ਤੋਂ ਇੱਥੇ ਖਿਡਾਰੀ ਖੇਡਣ ਵਾਸਤੇ ਆਉਂਦੇ ਨੇ। ਇਹ ਜਿਹੜਾ ਖੇਡਾਂ ਦਾ ਮੈਦਾਨ ਹੈ, ਅਜਿਹਾ ਮੈਦਾਨ ਹੈ ਜਿਸ ਮੈਦਾਨ ਵਿੱਚੋਂ ਬਹੁਤ ਸਾਰੇ ਖਿਡਾਰੀ ਖੇਡ ਕੇ ਪੰਜਾਬ ਸਿਲੈਕਸ਼ਨ ਵੀ ਹੋਏ ਨੇ ਔਰ ਬਹੁਤ ਸਾਰੇ ਖਿਡਾਰੀ ਜਿਹੜੇ ਨੇ ਇੰਡੀਆ ਸਿਲੈਕਟ ਵੀ ਹੋਏ ਨੇ ਔਰ ਖਾਸ ਕਰਕੇ ਜੋ ਸਾਡਾ ਸਕੂਲ ਹੈ ਇਹ 1939 ਤੋਂ ਚੱਲਿਆ ਆ ਰਿਹਾ, ਕਿਉਂਕਿ ਉਸ ਵੇਲੇ ਵਿੱਦਿਆ ਦੇ ਬਹੁਤ ਘੱਟ ਸਾਧਨ ਹੋਇਆ ਕਰਦੇ ਸਨ। ਇਹ ਇਲਾਕੇ ਵਿੱਚ ਸਭ ਤੋਂ ਪੁਰਾਣਾ ਸਕੂਲ ਹੈ, ਇਤਿਹਾਸਕ ਸਕੂਲ ਹੈ। ਇੱਥੋਂ ਬਹੁਤ ਸਾਰੇ ਖਿਡਾਰੀ ਜਿਹੜੇ ਨੇ ਵੱਖ ਵੱਖ ਖੇਡਾਂ ਵਿੱਚ, ਕਬੱਡੀ ਦੀ ਖੇਡ ਵਿੱਚ, ਵਾਲੀਬਾਲ ਦੀ ਖੇਡ ਵਿੱਚ, ਹਾਕੀ ਦੀ ਖੇਡ ਵਿੱਚ ਔਰ ਕੁੜੀਆਂ ਦੀ ਖੋ ਖੋ ਦੀ ਖੇਡ ਵਿੱਚ ਬਹੁਤ ਸਾਰੀਆਂ ਖੇਡਾਂ ਵਿੱਚ ਜਿਹੜਾ ਹੈ ਨਾਮ ਪ੍ਰਾਪਤ ਕਰਕੇ ਆਏ ਨੇ ਸਾਡੇ ਸਕੂਲ ਦੇ ਬੱਚੇ ਵੀ ਔਰ ਸਾਡੇ ਇਲਾਕੇ ਦੇ ਬੱਚੇ ਵੀ। ਇਸ ਲਈ ਸਾਨੂੰ ਇਹ ਜਨਤਾ ਸਪੋਰਟਸ ਕਲੱਬ ਨੂੰ ਮਾਣ ਹੈ ਇਸ ਗੱਲ ਦਾ ਕਿ ਅਸੀਂ ਜਿਹੜੇ ਨਵੇਂ ਖਿਡਾਰੀ ਜਿਹੜੇ ਪੈਦਾ ਕਰਕੇ ਦਿੱਤੇ ਨੇ ਔਰ ਅਸੀਂ ਅੱਗੇ ਤੋਂ ਵੀ ਜਿਹੜੇ ਨਵੇਂ ਖਿਡਾਰੀ ਪੈਦਾ ਕਰਨ ਵਾਸਤੇ ਯਤਨ ਕਰ ਰਹੇ ਹਾਂ ਔਰ ਕਿਉਂਕਿ ਸਮਾਜ ਅੰਦਰ ਜੋ ਕੁਰੀਤੀਆਂ ਚੱਲਦੀਆਂ ਨੇ, ਨਸ਼ੇ ਦੀ ਲਾਂਤ ਚੱਲਦੀ ਹੈ, ਸਮਾਜ ਅੰਦਰ ਹੋਰ ਬੁਰਾਈਆਂ ਚੱਲਦੀਆਂ ਨੇ, ਉਹਨਾਂ ਬੁਰਾਈਆਂ ਨੂੰ ਅਸੀਂ ਤਾਂ ਹੀ ਖਤਮ ਕਰ ਸਕਦੇ ਹਾਂ ਜੇ ਅਸੀਂ ਖੇਡਾਂ ਵੱਲ ਜਿਹੜਾ ਬੱਚਿਆਂ ਨੂੰ ਧਿਆਨ ਦਵਾਵਾਂਗੇ ਔਰ ਜਿਹੜਾ ਹੈ ਅਸੀਂ ਗੁਰੂ ਘਰ ਵੱਲ ਜਿਹੜਾ ਹੈ ਬੱਚਿਆਂ ਨੂੰ ਧਿਆਨ ਦਵਾਵਾਂਗੇ ਔਰ ਸਾਡੀ ਮੋਰਲ ਡਿਊਟੀ ਹੈ। ਇਸ ਲਈ ਜਨਤਾ ਸਪੋਰਟਸ ਕਲੱਬ ਅਤੇ ਪੰਚਾਇਤ, ਸਾਡੀ ਨਗਰ ਪੰਚਾਇਤ ਚਨਾਰਥਲ ਮਿਲ ਕੇ ਅਸੀਂ ਇਹ ਸਾਰਾ ਜਿਹੜਾ ਆਯੋਜਨ ਕਰਵਾਉਂਦੇ ਹਾਂ ਔਰ ਦੂਰ ਦੁਰਾਡੇ ਤੋਂ ਬਹੁਤ ਸਾਰੀਆਂ ਟੀਮਾਂ ਅੱਜ ਵੀ ਜੋ ਅਸੀਂ ਛੋਟੇ ਬੱਚਿਆਂ ਦੀਆਂ ਗੇਮਾਂ ਕਰਵਾ ਰਹੇ ਹਾਂ ਉਹ ਅਸੀਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਛੋਟੇ ਬੱਚਿਆਂ ਦੀਆਂ ਗੇਮਾਂ ਕਰਵਾ ਰਹੇ ਹਾਂ। ਅੱਜ ਦੇ ਬਾਰੇ ਮੈਸੇਜ ਇਹੀ ਹੈ ਕਿ ਜਿਹੜੇ ਨੌਜਵਾਨ ਬੱਚੇ ਨੇ, ਜਿਨ੍ਹਾਂ ਜਿਹੜੇ ਸਾਡੇ ਵਾਰਸ ਹਨ ਨੌਜਵਾਨ, ਉਹ ਸਾਡੇ ਅੱਜ ਦੇ ਹਰਿਆਵਲ ਦਸਤਾ ਸਾਡਾ, ਉਹ ਬੱਚੇ ਸਾਡੇ ਜਿਹੜੇ ਨੇ ਉਹ ਪੜ੍ਹਾਈ ਵੱਲ ਧਿਆਨ ਦੇਣ, ਉਹ ਬੱਚੇ ਸਾਡੇ ਖੇਡਾਂ ਵੱਲ ਧਿਆਨ ਦੇਣ ਔਰ ਤਾਂ ਜੋ ਨਸ਼ਿਆਂ ਤੋਂ ਕੁਰੀਤੀਆਂ ਤੋਂ ਬਚ ਸਕਣ। ਇਹੀ ਮੈਸੇਜ ਹੈ ਮੇਰਾ। ਪਿੰਡ ਚਨਾਰਥਲ ਕਲਾਂ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਆਪਣਾ ਜਨਤਾ ਸਪੋਰਟ ਕਲੱਬ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਦੁਸਹਿਰੇ ਦੇ ਮੌਕੇ 'ਤੇ। ਸਾਡੇ ਇੱਥੇ ਦੁਸਹਿਰੇ 'ਤੇ ਬਹੁਤ ਦੂਰ ਦੂਰ ਤੋਂ ਪੰਜਾਬ ਲੈਵਲ ਦੇ ਖਿਡਾਰੀ ਆਉਂਦੇ ਆ, ਗੇਮਾਂ ਪੰਜਾਬ ਲੈਵਲ 'ਤੇ ਵਧੀਆ ਹੁੰਦੀਆਂ ਨੇ। ਅੱਜ ਸਰਦਾਰ ਹਰੀ ਸਿੰਘ ਜੀ ਟੌੜਾ ਜੀ ਨੇ ਗਰਾਊਂਡ ਦੇ ਵਿੱਚ ਪਹੁੰਚ ਕੇ ਜਨਤਾ ਸਪੋਰਟ ਕਲੱਬ ਅਤੇ ਗ੍ਰਾਮ ਪੰਚਾਇਤ ਦੀ ਹੌਸਲਾ ਵਧਾਈ ਕੀਤੀ ਆ ਅਤੇ ਇਹਨਾਂ ਨੇ ਉਦਘਾਟਨ ਕੀਤਾ ਖੇਡਾਂ ਦਾ। ਸਾਡੇ ਦੁਸਹਿਰਾ ਜੀ 3 ਦਿਨ ਚੱਲਦਾ ਜੀ, 29, 30 ਅਤੇ 1 ਤਰੀਕ ਨੂੰ ਹਾਂ ਜੀ ਆਪਣਾ ਦੁਸਹਿਰੇ ਦੇ 10ਵੀਂ ਤੋਂ 1 ਦਿਨ ਬਾਅਦ ਤੱਕ ਭਰਦਾ ਜੀ ਦੁਸਹਿਰਾ। ਇੱਥੇ ਤਕਰੀਬਨ ਸਾਰੀਆਂ ਟੀਮਾਂ ਭਾਗ ਲੈਂਦੀਆਂ ਜੀ। ਆਪਣਾ ਟਰੈਕਟਰਾਂ ਦੇ ਵੀ ਮੁਕਾਬਲੇ ਹੋਣੇ ਨੇ, ਤਵੀਆਂ ਦੇ ਜੀ, ਵਾਲੀਬਾਲ ਦੇ ਵੀ ਮੈਚ ਹੋਣਗੇ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.